ਏ ਆਕਾਸ਼ਮਾਨੀ ਜੰਮੂ ਮੈਂ ਡੋਗਰੀ ਖਬਰਾਂ ਜਤੋਂ ਦਾ ਸਵਾਗਤ ਹੈ ਪਹਿਲਾ ਖਾਸ ਖਾਸ ਖਬਰਾਂ ਕੰਨਾ ਮੈਂ ਨਰੇਸ਼ ਸ਼ਰਮਾ ਉਪਰ ਅਜਪਾਲ ਹੋ ਰਹੇ ਮਜੂਦਾ ਸਕੀਮੇ ਕੀ ਪ੍ਰਸਤਾਵਿਤ ਸਕੀਮੇ ਕੰਨਾ ਜੋੜਨੇ ਤੇ ਅਰ ਜ਼ਿਲਾ ਚ ਡਿਜੀਟਲ ਲਾਇਬ੍ਰੇਰੀ ਬਣਾਉਣ ਦੇ ਨਿਰਦੇਸ਼ ਦਿੱਤੇ ਨਾ ਜੰਮੂ ਕਸ਼ਮੀਰ ਚ ਆਕਸੀਜਨ ਤਿਆਰ ਕਰਨ ਵਾਲੇ ਬਖਤੀ ਔਰ ਪਲਾਂਟ ਲਾਇਆ ਜਾ ਕਰਦੇ ਨਾ ਜੀਐਮਸੀ ਜੰਮੂ ਚ 1 ਜੂਨ ਤਮਾ ਆਪੀਡੀ ਸੇਵਾਵਾਲ ਕੀ ਤਿਆ ਕਰਦੀ ਹੈ ਉਪਰ ਅਜਪਾਲ ਹੋ ਰਹੇ ਲੋਕਿੰਗ ਕੀ ਜੈਸ਼ਤਾ ਅਸ਼ਟਮੀ ਦੀ ਮੁਬਾਰਕ ਦਿੱਤੀ ਹੈ ਤੇ ਆਖਿਆ ਜੀ ਅਖੀਰ ਭਵਾਨੀ ਮੇਲਾ ਸਮਰਪਦਾਇਕ ਸਮੋਹਦ ਤੇ ਭਾਈ ਚਾਹਰਾ ਦਾ ਪ੍ਰਤੀਕ ਹੈ ਕੋਵਿਡ-19 ਕੀ ਦੇਖਦੇ ਹੋਏ ਆਸ ਆਪਣੇ ਸ਼ਰੋਤਿਆਂ ਕੀ ਅਪੀਲ ਕਰਨਿਆਂ ਜੋ ਇhtiyat ਚ ਕੋਈ ਟਲਮਟ ਨਹੀਂ ਕਰਨ ਤੇ ਇਹਨੇ ਚੋਂ ਉਪਾਏ ਦੀ ਪਾਲਣਾ ਕਰੀਐ ਸੁਖੇ ਸੰਦੇ ਤੇ ਸੁਰੱਖਿਤ ਰਹਿਣ ਮਾਸਕ ਪਾਓ ਸਮਾਜੀ ਛਿੰਡੇ ਕੀ ਤਰ 2 ਗੱਜ ਦੂਰੀ ਬਣਾਈ ਰੱਖੋ ਹੱਥ ਤੇ ਮੂੰਹ ਦੀ ਸਾਫ ਸਫਾਈ ਪਰ ਮੁਖਤਿਆਂ ਦਿਓ ਤੇ ਟੀਕਾ ਲਵਾਈ ਲਓ ਲੋਕਾਂ ਕੀਤਾ ਕੋਵਿਡ ਬਾਰੇ ਜਾਣਕਾਰੀ ਤੇ ਮਾਰਗਦਰਸ਼ਨ ਲਈ ਰਾਸ਼ਟਰੀ ਹੈਲਪਲਾਈਨ ਨੰਬਰ 01123978046 ਤੇ 1075 ਤੇ ਹੁਣ ਪੇਸ਼ ਨੇ ਖਬਰਾਂ ਤਫਸੀਲ ਕਰਨਾ ਹੈ। ਪੰਚਾਇਤ ਸਤਾ ਪਰ ਜਵਾਨ ਦੀ ਸ਼ਮੂਲੀਅਤ ਕੀ ਵਧਾਣ ਲਈ ਲੈਫਟ ਹੈਂਡ ਗਵਰਨਰ ਮਨੋਜ ਸਿਨਾ ਹੋਰੇ ਅੱਜ ਹਰ ਪੰਚਾਇਤ ਚ ਯੂਥ ਕਲੱਬ ਕਾਇਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਜਵਾਨ ਦੇ ਤੇ ਜਵਾਨ ਦੇ ਸਾਰੇ ਮਾਮਲੇ ਤੇ ਮਸਲੇ ਦਾ ਹੱਲ ਕੀਤਾ ਜਾ ਸਕੇ। ਪਹਿਲੇ ਗੇੜ ਤੇ 4290 ਪੰਚਾਇਤਾਂ ਦੇ 22500 ਜੁਵਾਨਾਂ ਦੇ ਯੂਥ ਕਲੱਬ ਚ ਸ਼ਾਮਲ ਕੀਤਾ ਜਾਗ। ਇਹਦੇ ਲਈ ਸਰਕਾਰ ਐ 12 ਕਰੋੜ ਰੁਪਏ ਵੀ ਉਪਲਬਧ ਕਰਾਇਆ ਨਾ। ਇਹ ਯੂਥ ਕਲੱਬ ਆਰ ਪ੍ਰੋਗਰਾਮ ਆਈਸੀ ਖੇਡ ਤੇ ਸਾਂਸਕ੍ਰਿਤਿਕ ਗਤੀਵਿਧੀਆਂ ਦੇ ਮੁੱਖ ਕੇਂਦਰ ਹੋਣ। ਸਿਵਲ ਸਚਿਵਾਲੇ ਸ਼ਹਿਰਨਗਰ ਚ ਲੱਗੇ ਦੀ ਇਹ ਮਿਸ਼ਨ ਯੂਥ ਦੀ ਕਵਰਿੰਗ ਬਾਡੀ ਦੀ ਬੈਠਕ ਚ ਐਲਜੀ ਹੋਰੀਆਂ ਤੌਲਿੰਗ ਸ਼ੁਰੂ ਹੋਣ ਲਈ ਮਾਤੀ ਸਾਰੀ ਸਕੀਮਾਂ ਕੀ ਮਨਜ਼ੂਰੀ ਦਿੱਤੀ। ਜਿੰਦੇ ਕੰਨਾ ਕੇਂਦਰ ਸ਼ਾਸਿਤ ਪ੍ਰਦੇਸ਼ ਚ ਆਜੀਵਿਕਾ ਕਮਾਣੇ ਸਰਵੰਧੀ ਪ੍ਰੋਗਰਾਮੇ ਉਪਰ ਖਰਾ ਅਸਰ ਪਾਉਗ ਬੈਠਕ ਚ ਜੰਮੂ ਤੇ ਸ਼ੇਰਨਗਰ ਚ ਪਰਵਾਜ਼ ਸਕੀਮ ਤਹਿਤ ਆਪਣੀ ਕਿਸਮਾਂ ਦੇ ਦੋ ਕੋਚਿੰਗ ਸੈਂਟਰ ਖੋਲਣ ਬਾਰੇ ਵੀ ਫੈਸਲਾ ਲਿਆਤਾ ਗਿਆ ਜਿਹਦੇ ਰਾਂ ਸਿਵਲ ਸੇਵਾਇ ਤੇ ਔਰ ਦੂਵੇ ਅਮਤਾਨ ਲਈ ਕੋਚਿੰਗ ਦਿੱਤੀ ਜਾਗ ਜੰਮੂ ਕਸ਼ਮੀਰ ਸਰਕਾਰ ਮਿਸ਼ਨ ਜੋਤ ਹੇਠ ਡੈਂਟਲ ਸਰਜਨਾਂ ਨੂੰ ਆਪਣਾ ਕਲੀਨਿਕ ਸ਼ੁਰੂ ਕਰਨ ਲਈ مالی ਸਹਾਇਤਾ ਦੇਗ ਪਹਿਲੇ ਗੇੜ ਚ 400 ਡੈਂਟਲ ਸਰਜਨਾਂ ਤੇ 800 ਪੈਰਾਮੈਡੀਕਸ ਕੀ ਇਸ ਸਕੀਮਾ ਤਹਿਤ ਚੁਣਿਆ ਜਾਗ ਜੁਵਾਏਂਗੇ ਲਾਸਬ ਸਿਖਲਾਈ ਦੇਣ ਦੀ ਜ਼ਰੂਰਤ ਉਪਰ ਜ਼ੋਰ ਪਾਦੇ ਹੋਏ ਐਲਜੀ ਹੋ ਰਹੇ ਮੰਨੇ ਪਰਮੰਨੇ ਦੇ ਸੰਗਠਨ ਕਾਰਪੋਰੇਟ ਘਰੇ ਕੰਨਾਂ ਵੀ ਇਹ ਸੰਭਰਕ ਕਰਨ ਲਈ ਗਲਾਇਆ ਤਾਂ ਜੇ ਜੁਵਾਇੰਗੇ ਹੋਰ ਬਿਹਤਰ ਉਹਨਰ ਸਰਵੰਧੀ ਸਿਖਲਾਈ ਦਿੱਤੀ ਜਾ ਸਕਿਆ ਲੈਫਟ ਇੰਡIAN ਗਵਰਨਰ ਹੋ ਰਹੇ ਮਿਸ਼ਨ ਯੋਥ ਦੇ ਸੀਓ ਕੀ ਆਖਿਆ ਜਿਉ ਮਨੋਰੰਜਨ ਲਈ ਮਿਸ਼ਨ ਯੋਥ ਸੈਂਟਰ ਜੰਮੂ ਤੇ ਸ਼ੇਨਗ ਚ ਕੰਮ ਕਰਨਾ ਇਹਦੇ ਲਾਵਾ ਡਿਜੀਟਲ ਲਾਇਬ੍ਰੇਰੀਆਂ ਆਰ ਜ਼ਿਲ੍ਹੇ ਚ ਸਿੱਖਿਆ ਮਹਿਕਮੇ ਦੇ ਸਹਿਯੋਗ ਨਾਲ ਕਾਇਮ ਕਰਨ ਲਈ ਵੀ ਆਖਿਆ ਗਿਆ ਹੈ ਜੁਵਾਇੰਗੇ ਵੱਖ-ਵੱਖ ਸਕੀਮੇ ਦੇ ਲਾਭ ਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਕੇਂਦਰ ਕਾਇਮ ਕਰਨ ਲਈ ਵੀ ਆਖਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ اور ਕੋਵਿਡ ਮਹਾਮਾਰੀ ਕੰਨ ਨਿਭਣ ਲਈ ਤਨਾਨਾਦ ਸਬਨੇਸ਼ਾ ਅੱਗੇ ਹੋਈ ਹੈ ਕੰਮ ਕਰਨ ਵਾਲੇ ਫਰੰਟ ਲਾਈਨ ਕਰਮੀਆਂ ਲਈ ਇੱਕ ਵਿਸ਼ੇਸ਼ ਸਿਖਲਾਈ ਕਾਰਜਕ੍ਰਮ ਦੀ ਅੱਜ ਇਹ ਸ਼ੁਰੂਆਤ ਕਰਗਣ ਇਹ ਕਾਰਜਕ੍ਰਮ 26 ਰਾਜਾਂ ਦੇ 111 ਸਿਖਲਾਈ ਕੇਂਦਰਾਂ ਚ ਸ਼ੁਰੂ ਕੀਤਾ ਜਾਗ ਇਹਦੇ ਤਹਿਤ ਦੇ ਮੁਲਕ ਪਰ ਇੱਕ ਲੱਖ ਕੁਲਾ ਮਤੇ ਕੋਵਿਡ ਯੋਧਾਆਂ ਦੀ ਇੱਕ ਸ਼ਮਤਾ ਦੇ ਉਨਰ ਵਿਕਾਸ ਦਾ ਕੰਮ ਕੀਤਾ ਜਾਗ ਇਹਦੇ ਤਹਿਤ ਘਰੇ ਚ ਦਿੱਖਪਾਲ ਦੀ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਐਮਰਜੈਂਸੀ ਸਿਹਤ ਸਹੂਲਤਾਂ ਦੇ ਬਾਰੇ ਚ ਤੇ ਨਮੂਨੇ ਇਕੱਠੇ ਕਰਨ ਦੇ ਕੰਨ ਉਪਕਰਨ ਸਰਵੰਧੀ ਸੇਵਾਵਾਂ ਦੇ ਬਾਰੇ ਚ ਸਿਖਲਾਈ ਦਿੱਤੀ ਜਾਗ ਇਸ ਕਾਰਜਕ੍ਰਮ ਕੀ 276 ਕਰੋੜ ਰੁਪਏ ਦੀ ਲਾਗਤ ਕਰਨਾ ਹੈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤ੍ਰਿਏ ਗੇੜ ਦੇ ਇੱਕ ਹਿੱਸੇ ਦੇ ਤੌਰ ਪਰ ਇੱਕ ਵਿਸ਼ੇਸ਼ ਕਾਰਜਕ੍ਰਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਜਿਹਦੇ ਕੰਨਾ ਭਵਿੱਖ ਚ ਸਿਹਤ ਖੇਤਰ ਚ ਅਮਲ ਦੀ ਕਮੀ ਦੇ ਦੌਰ ਕਿ ਤਜਾਗ ਮੋਕੇ ਸੱਚੇ ਵਾ ਡਾਕਟਰ ਆਰਣ ਕੁਮਾਰ ਮਿਆਤਾ ਹੋ ਰਹੇ ਕੱਲ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੀ ਰਾਜ ਸਤਰ ਦੀ ਮਨਜ਼ੂਰੀ ਕਮੇਟੀ ਦੀ ਬੈਠਕ ਦੇ ਪ੍ਰਧਾਨਤਾ ਕੀਤੀ ਤੇ ਸਕੀਮਾ ਤਹਿਤ ਹਾਸਲ ਕੀਤੀ ਗਈ ਦੀ ਪ੍ਰਗਤੀ ਦਾ ਜਾਇਜ਼ਾ ਲਾਤਾ ਕਮੇਟੀ ਨੇ 2021-22 ਬਰੇ ਆਸ ਤੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਤਾਈ 4 ਅਰਬ 37 ਕਰੋੜ 60 ਲੱਖ ਰੁਪਏ ਦੀ ਸਲਾਣਾ ਯੋਜਨਾ ਕੇ ਮਨਜ਼ੂਰੀ ਦਿੱਤੀ ਹੈ ਮਹਿਕਮਾ ਸਾਹਿਬ ਮੌਜੂਦਾ مالی ਬਾਰੇ ਦੌਰਾਨ 15446 ਹੈਕਟੇਰ ਰਕਵੇ ਕੀ ਸਿੰਚਾਈ ਯੋਗ ਬਣਾਉਣ ਦੀ ਯੋਜਨਾ ਹੈ ਇਹ ਦੇਖਣਾ 16000 ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਵੇ ਤੇ 70% 90% ਪ੍ਰਤੀਸ਼ਤ ਸਿੰਚਾਈ ਵਾਲੇ ਪਾਣੀ ਦੀ ਬਚਤ ਕਰੀ ਹੈ ਪੈਦਾਵਾਰ ਚ 30% ਦੀ ਬੜੌਤਰੀ ਕੀਤੀ ਜਾਗ ਇਹ ਖਬਰਾਂ ਤੁਸੀਂ ਆਕਾਸ਼ ਪਾਨੀ ਜੰਮੂ ਥਾਂ ਸੁਣਾ ਕਰਦੇ ਹੋ ਜੰਮੂ ਕਸ਼ਮੀਰ ਚ ਕੋਵਿਡ-19 ਮਹਾਮਾਰੀ ਦੇ ਦੇਖਦੇ ਹੋਏ ਸਿਹਤ ਤੇ ਮੈਡੀਕਲ ਸਿੱਖਿਆ ਮਹਿਕਮਾ ਅਸਰ ਪ੍ਰਦੇਸ਼ ਤੇ ਸੈਂਤੀਆਂ ਮੁੱਖ ਹਸਪਤਾਲਾਂ ਚ ਆਕਸੀਜਨ ਤਿਆਰ ਕਰਨ ਦੀ ਸਮਰਥ ਚ ਵਾਧਾ ਕੀਤਾ ਜਾਗਰਦਾ ਹੈ ਅਜਨ ਤੋਂੜੀ ਨਵੇਂ 40 ਪਲਾਂਟ ਸਥਾਪਿਤ ਕਰੀਏ ਚਾਲੂ ਕੀਤੇ ਗਏਨ ਬਾਕੀ ਦੇ 40 ਆਕਸੀਜਨ ਪਲਾਂਟ ਲਾਣੇ ਦੀ ਪ੍ਰਕਿਰਿਆ ਜਾਰੀ ਹੈ ਤੇ ਇਹ ਜੁਲਾਈ ਮਹੀਨੇ ਤੋੜੀ ਲਾਈ ਦਿੱਤੇ ਜਾਣ ਦੀ ਮਿਹਦ ਹੈ ਵਿਸ਼ਵ ਬੈਂਕ ਦੀ ਮਦਦ ਕਰਨਾ ਹੈ 30 ਆਕਸੀਜਨ ਪਲਾਂਟ ਸਮੁਦਾਇਕ ਸਿਹਤ ਕੇਂਦਰਾਂ ਤੇ ਉਪ ਜ਼ਿਲ੍ਹਾ ਹਸਪਤਾਲਾਂ ਚ ਲਾਇਆ ਜਾਕਰ ਦੇਣ ਜਿੰਦੇ ਚ 15 ਜੰਮੂ ਪ੍ਰਾਂਤ ਵਿੱਚ ਤੇ 15 ਕਸ਼ਮੀਰ ਪ੍ਰਾਂਤਾਂ ਚ ਕੇਂਦਰ ਸਰਕਾਰ ਐ 24850 ਐਲ ਪੀ ਐਮ ਸਮਰਥ ਤੇ 32 ਪੀ ਐਸ ਏ ਬਾਧੂ ਪਲਾਂਟ ਮਨਜ਼ੂਰ ਕੀਤੇ ਜਿੰਦੇ ਚ ਜੰਮੂ ਤائیں 13 ਤੇ ਕਸ਼ਮੀਰ ਤائیں 13 ਪਲਾਂਟ ਸ਼ਾਮਲ ਹਨ ਇਹਨਾਂ ਦੀ ਰਲਾਈ ਹੈ ਕੁੱਲ बीएसएसਆਂ ਜਾਂਤ੍ਰਿਆਂ ਦੀ ਸੰਖਿਆ 146 ਹੋ ਗਈ ਹੈ ਜੰਮੂ ਕਸ਼ਮੀਰ ਚ ਇਹਨੇ ਸੰਜંત્રਿਆਂ ਦੇ ਲੱਗੇ ਜਾਣੇ ਮਗਰ ਆਕਸੀਜਨ ਤਿਆਰ ਕਰਨ ਦੀ ਸਮਰਥਾ 1,26,000 ਲੀਟਰ ਪ੍ਰਤੀ ਮਿੰਟ ਹੋ ਗਈ ਹੈ ਇੱਕ ਵੱਡੇ ਫੈਸਲੇ ਤਹਿਤ ਭਾਰਤ ਸਰਕਾਰ ਆ ਰਜौरी ਜ਼ਿਲ੍ਹੇ ਦੀ ਲੰਬੇੜੀ ਥਾਰਾ ਰਾਸ਼ੀ ਐਲਥ ਮਿਸ਼ਨ ਤਹਿਤ 100 ਬਿਸਤਰਿਆਂ ਵਾਲਾ ਜੱਚਾ ਬੱਚਾ ਹਸਪਤਾਲ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਇਹਦੇ ਉੱਪਰ 60 ਕਰੋੜ ਰੁਪਏ ਲਾਗਤ ਆਊਗੇ ਜਿਹਦੇ ਵਿੱਚ 8 ਕਰੋੜ ਰੁਪਏ ਮੌਜੂਦਾ ਮਾਲੀਬਰੇ ਮਨਜ਼ੂਰ ਕੀਤੇ ਗਏ ਹਨ। ਐਨ ਐਚ ਐਮ ਦੇ ਮਿਸ਼ਨ ਡਾਇਰੈਕਟਰ ਯਾਸੀਨ ਚੌਧਰੀ ਹੋਰੇ ਇਹਦੇ ਬਾਰੇ ਦੱਸਿਆ ਜੇ ਇਸ ਹਸਪਤਾਲ ਦੇ ਬਣਨੇ ਕੰਨਾ ਨਾ ਛੜਾ ਲੰਬੇੜੀ ਸਗਮਾ ਰਜौरी ਤੇ ਪੁੰਛ ਜ਼ਿਲ੍ਹੇ ਦੇ ਲੋਕਾਂ ਕੀ ਫਾਇਦਾ ਪਹੁੰਚੇਗਾ। ਕੋਵਿਡ-19 ਦੇ ਮਾਮਲੇ ਘਟਣੇ ਮਗਰ ਅਧਿਕਾਰੀਆਂ ਨੇ 21 ਜੂਨ ਥਾ ਮੰਮਾ ਜੰਮੂ ਦੇ ਜੀਐਮਸੀ ਹਸਪਤਾਲਾ ਚ ਪਹਿਲੇ ਥਾ ਮੰਮਾ ਪंजीकरण ਕਰਾਈਆ ਆਓਪੀਡੀ ਦੀ ਸਹੂਲਤਾਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਆ ਰਿਸ਼ੋਬੇ ਚ ਰੋਜ਼ਾ ਪਰਤੀ ਮਰੀਜ਼ਾਂ ਦੀ ਸੰਖਿਆ ਪੰਜੀ ਥਾ ਮੰਮਾ ਵੱਧ ਨਹੀਂ ਹੋਗ ਇਹ ਆਓਪੀਡੀ ਬੜਲਾ 10 ਵਜੇ ਥਾ ਮੰਮਾ ਦੁਪਹਿਰੀ 2 ਵਜੇ ਤੋੜੀ ਚੱਲਾ ਕਰੇਗਾ ਜੰਮੂ ਕਸ਼ਮੀਰ 'ਚ ਕੱਲ ਕਰੋਨਾ ਦੇ 655 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ 'ਚ 190 ਜੰਮੂ ਪ੍ਰਾਂਤ ਦੇ ਤੇ 468 ਕਸ਼ਮੀਰ ਪ੍ਰਾਂਤ ਦੇ ਵੱਖ-ਵੱਖ ਇਸਤਹਮਾ ਆਏ ਹਨ ਇਹਨਾਂ ਨਵੇਂ ਮਾਮਲੇ ਕੇ ਮਿਲਾਈਆ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਾਹਮਣਾ ਆਏ ਦੇ ਕਰੋਨਾ ਦੇ ਅਜੰਤੋੜੀ ਦੇ ਕੁੱਲ ਮਾਮਲੇ 31017 ਤੱਕ ਪਹੁੰਚ ਗਏ ਹਨ ਇਹਦੇ ਇਲਾਵਾ ਕੱਲ ਨੌ ਕਰੋਨਾ ਕਸਰੀਆਂ ਦੀ ਮੌਤ ਵੀ ਹੋਈ ਜਿਨ੍ਹਾਂ ਦੇ ਚਾ ਪੰਜ ਜੰਮੂ ਤੇ ਚਾਰ ਕਸ਼ਮੀਰ ਪ੍ਰਾਂਤ ਦੇ ਵਸਨੀਕ ਹੈ ਕੱਲ੍ਹ ਗਏ 1426 ਹੋਰ ਕਰੋਨਾ ਕਸਰਿੰਗੇ ਨਰੋਏ ਹੋਣੇ ਪਰ ਬਖ ਬਖ ਹਸਪਤਾਲਾਂ თਮਾ ਛੁੱਟੀ ਵੀ ਦਿੱਤੀ ਗਈ ਨਰੋਏ ਹੋਣੇ ਆਲੇ ਚ 506 ਜੰਮੂ ਪ੍ਰਾਂਤ ਦੇ ਤੇ 920 ਕਸ਼ਮੀਰ ਪ੍ਰਾਂਤ ਦੇ თਮਾ ਨਾ ਤੋਇ 45 ਬਰੇ ਕੋਲਾ ਉਪਰਲੀ ਬਰੇਸੂ ਦੇ ਲੋਕਾਂ ਕੀ ਟੀਕਾ ਲਾਣ ਦੇ ਕੰਮ ਵਿੱਚ ਅਜੇ ਤੋੜੀ 77.4 ਪ੍ਰਤੀਸ਼ਤ ਦਾ ਨਿਸ਼ਾਨਾ ਪਾਰ ਕਰ ਲਤਾ ਗਿਆ ਹੈ ਇਹਦੇ ਇਲਾਵਾ ਕੱਲ ਮਿਓਕਰ ਮਾਈਕੋਸਿਸ ਜਿਸੇ ਬਲੈਕ ਫੰਗਸ ਵੀ ਆਖਿਆ ਜਾਂਦਾ ਹੈ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸੇ ਰਲਾਈ ਹੈ ਜੰਮੂ ਕਸ਼ਮੀਰ 'ਚ ਇਹਦੇ ਕੁੱਲ ਮਾਮਲੇ ਦੇ ਗਿਣਤਰੇ 22 ਤੱਕ ਪਹੁੰਚ ਗਏ ਹੈ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਰਵੰਦਾਚਾ ਦਵਾਈਆਂ ਦੀ ਭਾਰਤੀ ਪદ્ધਤੀ ਦੇ ਨਿਰਦੇਸ਼ालय ਜੰਮੂ ਕਸ਼ਮੀਰ ਆਯੂਸ਼ ਪਾਸਿਆ ਕੱਲ ਇੱਕ ਵੈਬਿਨਾਰ ਦਾ ਸਿਰਜਣਾ ਕੀਤਾ ਗਿਆ ਜਿਹਦਾ ਵਿਸ਼ੇ ਹੈ ਬੱਚੇ ਦੇ ਸਮੁੱਚੇ ਵਿਕਾਸ ਦਾ ਯੋਗ ਇਸ ਮੌਕੇ ਮਾਹਿਰਾਂ ਨੇ ਦੱਸਿਆ ਜੇ ਕੋਵਿਡ-19 ਦੇ ਹਾਲਾਤ ਦੇ ਚੱਲਦੇ ਬੱਚੇ 'ਚ ਮਾਨਸਿਕ ਤਣਾਅ ਹੈ ਤੇ ਯੋਗ ਕਰਨ ਨਾਲ ਉਹਦੀ ਊਰਜਾ 'ਗੀ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ ਲੇਫਟ ਇੰਡੀਅਨ ਗਵਰਨਰ ਮਨੋਜ ਸਿਨਾ ਹੋਰੇ ਜੇਸ਼ਟਾ ਅਸ਼ਮੀ ਦੇ ਪਵਿੱਤਰ ਮੌਕੇ ਪਰ ਸਭ ਨੇ ਲੋਕਾਂ ਟਕੋਦਾ ਕਰਿਆ ਕਸ਼ਮੀਰੀ ਪੰਡਤ ਬਰਾਦਰੀ ਕੀ ਮੁਬਾਰਕ ਬਾਤ ਤੇ ਸ਼ੁਭ ਕਾਮਨਾ ਦਿੱਤੀਆਂ ਆਪਣੇ ਸਨੇਹ ਚ ਐਲਜੀ ਹੋਰੇ ਆਖਿਆ ਜੇ ਇਹ ਤਿਆੜਾ ਕਸ਼ਮੀਰੀ ਪੰਡਤ ਸਮੁਦਾਇ ਦੇ ਭਰਾਏ ਭੈਣੇ ਲਈ ਧਾਰਮਿਕ ਲਿਆਜ ਕਰਨਾ ਹੈ ਬੜੇ ਮਤੇਮਤ ਵਾਲਾ ਤਿਆੜਾ ਹੈ ਇਸ ਮੌਕੇ ਮਤਾ ਖੀਰ ਉਹਦੇ ਮੰਦਿਰਾਂ 'ਚ ਲੱਗਣੇ ਆਲਾ ਸਲਾਣਾ ਮੇਲਾ ਜਿਸੀ ਮੇਲਾ ਖੀਰ ਭਵਾਨੀ ਦੇ ਨਾਂ ਕੰਨੇ ਵੀ ਜਾਣਿਆ ਜਾਂਦਾ ਹੈ ਕਸ਼ਮੀਰ 'ਚ ਸੰਭਰਦਾਇਕ ਸਦਪਾਉ ਤੇ ਭਾਈ ਚਾਰੇ ਦਾ ਪ੍ਰਤੀਕ ਹੈ ਤੇ ਇਹ سلسلہ ਸਦੀਆਂ ਪੁਰਾਣਾ ਹੈ ਜਿਹੜਾ ਇਥੋਂ ਦੇ ਲੋਕਾਂ 'ਚ ਆਪਸੀ ਪ੍ਰੇਮ ਸਦਪਾਉ ਤੇ ਭਾਈ ਚਾਰੇ ਦੇ ਕੰਨੋ ਕੰਨੇ ਬਨਸਵੰਤਾ ਪਰ ਟਿਕੀ ਦੀ ਸਮਾਜੀ ਏਕਤਾ ਦੀ ਇੱਕ ਵਿਰਲੀ ਮਿਸਾਲ ਹੈ ਉਹਨੇ ਆਖਿਆ ਜੇ ਹਰ ਕਸ਼ਮੀਰ ਦੀ ਧਰਤੀ ਸੂਫੀਆਂ ਸੰਤਿਆਂ ਰਿਸ਼ੀਆਂ ਮੂਣੀਆਂ ਦੀ ਧਰਤੀ ਹੈ ਜਿਹੜੇ సాంਪਰਦਾਇਕ ਸੱਤਪਾਉ ਦੇ ਕੰਨੋ ਕੰਨੀ ਸਾਂਸਕ੍ਰਿਤਿਕ ਬਨਸਵੰਤਾ ਅਧਿਆਤਮ ਤੇ ਰੂਹਾਨੀਅਤ ਦੇ ਮੁੱਲ ਨੇ ਕਦਰੇ ਪਰ ਆਧਾਰਿਤ ਆਪਸੀ ਸੱਤਪਾਉ ਦਾ ਇੱਕ ਸ਼ਾਨਦਾਰ ਨਮੂਨਾ ਹੈ ਉਮਾਂ ਐਕਤੀ ਕੋਵਿਡ ਮਹਾਮਾਰੀ ਦੇ ਚਲਦੇ ਖੀਰ ਭਵਾਨੀ ਦੇ ਮੇਲੇ ਦੀ ਪਹਿਲੇ ਅੰਗਰ ਚੈਲ ਪੈਲ ਨਹੀਂ ਹੈ ਅਖੀਰ ਚ ਖਾਸ ਖਾਸ ਖਬਰਾਂ ਇਕ ਵਾਰ ਪਰਤੀ ਹੈ ਜੁਵਾ ਪੀੜੀ ਦੇ ਮਸਲੇ ਹੱਲ ਕਰਨ ਆਸ ਹੈ ਜੰਮੂ ਕਸ਼ਮੀਰ ਦੀ ਸਭਨੇ ਪੰਚਾਇਤਾਂ ਚ ਯੂਥ ਕਲੱਬ ਬਣਾਏ ਜਾਗਣ ਪਹਿਲੇ ਚਰਨ ਚ 4290 ਪੰਚਾਇਤਾਂ ਦੇ 222 ਯੁਵਾਇੰਗੇ ਸ਼ਾਮਲ ਕੀਤਾ ਜਾਗ ਉਪਰ ਰਾਜਪਾਲ ਹੋ ਰਹੇ ਹੈ ਮੌਜੂਦਾ ਸਕੀਮੇਂ ਕੀ ਇਹ ਪ੍ਰਸਤਾਵਿਤ ਸਕੀਮੇ ਕਰਨਾ ਜੋੜਨੇ ਤੇ ਅਰ ਜ਼ਿਲ੍ਹੇ ਚ ਡਿਜੀਟਲ ਲਾਇਬ੍ਰੇਰੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜੰਮੂ ਕਸ਼ਮੀਰ ਚ ਆਕਸੀਜਨ ਤਿਆਰ ਕਰਨ ਲਈ 32 ਹੋਰ ਪਲਾਂਟ ਲਾਇਆ ਜਾ ਕਰਦੇ ਹਨ ਜੀਐਮਸੀ ਜੰਮੂ ਚ 21 ਜੂਨ ਤੋਂ ਆਪੀਡੀ ਸੇਵਾਵਾਂ ਬਹਾਲ ਕੀਤੀ ਜਾ ਕਰਦੀ ਹੈ ਉਪ ਰਾਜਪਾਲ ਹੋ ਰਹੇ ਲੋਕਾਂ ਦੇ ਜੈਸ਼ਟਾ ਅਸ਼ਮੀਦੀ ਮੁਬਾਰਕ ਦITI ਹੈ ਤੇ ਆਖਿਆ ਜੇ ਖੀਰ ਭਵਾਨੀ ਮੇਲਾ ਸਮਾਪਰਦਾਇਕ ਸਮੋਧ ਤੇ ਪਾਈ ਚਾਰਾ ਦਾ ਪ੍ਰਤੀਕ ਹੈ ਇਹ ਦੇ ਕੰਨਾ ਗਿਆ ਖਬਰਾਂ ਦਾ ਇਹ ਬੁਲਟਨ ਸਮਾਪਤ ਹੋਆ